ਗੱਲ ਜਿਹੜੀ 90% ਸਟੂਡੈਂਟ ਆ ਨਾ, ਇੱਕ ਮੈਂ ਤੁਹਾਨੂੰ ਚੀਜ਼ ਦੱਸਦਾ, ਜਿੱਦਾਂ ਮੰਨ ਲਓ 1,00,000 ਸਟੂਡੈਂਟ ਆਇਆ, ਉਹਦੇ ਚੋਂ 90,000 ਸਟੂਡੈਂਟ ਜਿਹੜਾ ਆ ਨਾ ਉਹ ਗੁੱਡ ਆ। ਹਾਂਜੀ, ਜਿਹੜਾ 10% ਖਰਾਬ ਕਰਦਾ ਆ ਉਹ 10,000 ਆ, ਤੁਸੀਂ 95% ਲਾ ਲਓ ਗੁੱਡ ਆ। ਹਾਂਜੀ, 5% ਅਜੇ ਖਰਾਬੀਆਂ ਕਰਦੇ ਆ, ਹੁਣ 5,000 ਵੀ ਬਹੁਤ ਵੱਡਾ ਅਮਾਊਂਟ ਆ ਹੈ ਨਾ। ਹੁਣ 5,000 ਹੁਣ ਤੁਸੀਂ ਦੇਖੋਗੇ, ਜੇ ਮੰਨ ਲਓ ਕੋਈ ਤੁਸੀਂ ਨਿਊਜ਼ ਸੁਣੀ ਕਿ ਆਹ ਹੋ ਗਿਆ ਪਲਾਜ਼ੇ 'ਚ, ਆਹ ਹੋ ਗਿਆ ਜਾਂ ਇੱਦਾਂ ਹੋ ਗਿਆ, ਕਿਸੇ ਨੇ ਆਹ ਕਰਤਾ, ਬਹੁਤ ਛੋਟੀ ਅਮਾਊਂਟ ਆ। ਐਗਜ਼ੈਕਟਲੀ, ਉਹ ਜਿਹੜੇ ਜਿਹੜੇ ਮੈਕਸੀਮਮ ਅਮਾਊਂਟ 'ਚ ਸਟੂਡੈਂਟਸ ਆ ਨਾ, ਤੁਸੀਂ ਉਹਨਾਂ ਨੂੰ ਦੇਖੋਗੇ ਵੀ ਨਹੀਂ, ਉਹਨਾਂ ਕੋਲ ਟਾਈਮ ਹੀ ਹੈ ਨਹੀਂ, ਉਹ ਕੰਮ 'ਤੇ ਜਾਂਦੇ ਆ, ਕਾਲਜ ਜਾਂਦੇ ਆ, ਉਹਨਾਂ ਕੋਲ ਸੌਣ ਦਾ ਟਾਈਮ ਹੈ ਨਹੀਂ। ਸਹੀ ਗੱਲ, ਤੁਸੀਂ ਮੰਨੋਗੇ, ਜਦੋਂ ਅਸੀਂ 2016 'ਚ ਆਏ ਸੀ ਨਾ, ਅਸੀਂ ਕੰਮ ਕਰਦੇ ਸੀ, ਨਾਈਟ ਸ਼ਿਫਟ ਲਾਉਂਦੇ ਸੀ ਅਤੇ ਸਵੇਰੇ ਕਾਲਜ ਜਾਣਾ, ਅਸੀਂ 3 ਦਿਨ ਲਗਾਤਾਰ ਸੌਂਦੇ ਨਹੀਂ ਸੀ, ਲਗਾਤਾਰ 1 ਘੰਟਾ ਵੀ ਨਹੀਂ ਸੌਂਦੇ ਸੀ, ਮੰਡੇ ਟਿਊਜ਼ਡੇ ਵੈਡਨਸਡੇ ਕੋਈ ਸੌਣਾ ਨਹੀਂ, ਕਿਉਂਕਿ ਸਾਡੀ 3 ਦਿਨ ਕਲਾਸਾਂ ਹੁੰਦੀਆਂ ਸੀ, ਸਾਰਾ ਦਿਨ ਸਾਰੀ ਰਾਤ ਕੰਮ। ਸੋ ਉਹ 3 ਦਿਨ ਸੌਣਾ ਨਹੀਂ, ਜਾ ਕੇ ਵੈਡਨਸਡੇ ਨੂੰ ਸੌਣਾ, ਸੰਡੇ 'ਤੇ ਉੱਠੇ। ਉਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਨਹੀਂ ਵਿਖਦੀਆਂ। ਸਾਡੀ ਤਾਂ ਇੱਕ ਵਾਰੀ ਮਕਾਨ ਮਾਲਕਣ ਥੱਲੇ ਆ ਗਈ ਬੇਸਮੈਂਟ 'ਚ, ਕਹਿੰਦੀ ਪੁੱਤਰ ਜਿੰਦਾ ਜੇ ਤੁਸੀਂ ਹੈਗੇ ਜੀ, 16 ਘੰਟੇ ਹੋ ਗਏ ਕੋਈ ਆਵਾਜ਼ ਹੀ ਨਹੀਂ ਆਈ, ਕੋਈ ਖੜਕਾ ਨਹੀਂ ਹੋਇਆ। ਉਹ ਫਿਰ ਅਸੀਂ ਉੱਠੇ, ਇਹ ਸੁੱਤੇ ਸੀ ਸਾਡਾ, ਸੁੱਤੇ ਨਹੀਂ ਆ। ਸੋ ਉਹ ਸਟੂਡੈਂਟ ਆਪਣੇ ਮਿਹਨਤੀ ਆ, ਖਾਸ ਕਰਕੇ ਆਪਣੇ ਪੰਜਾਬੀ, ਉਹਨਾਂ 'ਚ ਅੱਗ ਬਹੁਤ ਆ। ਅੱਛਾ, ਜਿਹੜੇ ਫਿਰ ਲਾ ਲਓ ਕਿ ਤੁਸੀਂ ਜਿਹੜੇ ਕਹਿੰਦੇ ਸ਼ਰਾਰਤੀ ਕੰਮ ਕਰਦੇ ਜਾਂ ਫਿਰ ਜਿਹੜੇ ਗੰਦ ਪਾਉਂਦੇ ਜੋ ਵੀ ਆ, ਸੋ ਉਹ ਬੰਦਿਆਂ 'ਚ ਵੀ ਪੋਟੈਂਸ਼ੀਅਲ ਬਹੁਤ ਆ, ਉਹਨਾਂ 'ਚ ਵੀ ਜਿਗਰਾ ਜਿਗਰਾ ਹੈਗਾ, ਤਾਂ ਹੀ ਤਾਂ ਗੰਦ ਪਾਉਂਦੇ ਆ, ਪਾਉਂਦੇ ਆ, ਸਹੀ ਗੱਲ, ਰਾਈਟ। ਜਿਗਰਾ ਗੰਦ ਪਾਉਣ ਲਈ ਵੀ ਜਿਗਰਾ ਚਾਹੀਦਾ, ਬਟ ਉਹਨਾਂ ਨੂੰ ਚੈਨਲਾਈਜ਼ ਨਹੀਂ ਸਹੀ ਕੀਤਾ ਜਾ ਰਿਹਾ। ਮੰਨ ਲਓ ਜਿਹੜੇ 12ਵੀਂ ਕਰਕੇ ਆ ਗਏ, ਠੀਕ ਆ ਜੀ, ਉਹਨਾਂ ਨੇ ਕਾਲਜ ਲਾਈਫ ਨਹੀਂ ਦੇਖੀ, ਉਹਨਾਂ ਨੇ ਕੋਈ ਜਿੱਦਾਂ ਉਹ ਚੀਜ਼ਾਂ ਨਹੀਂ ਦੇਖੀਆਂ, ਅਸੀਂ ਕਾਲਜ ਹੰਢਾ ਕੇ ਆਏ ਸੀ, ਠੀਕ ਆ ਜੀ। ਉਹ ਜਿੱਦਾਂ ਇੱਕ ਲਾ ਲਓ ਕਿ ਪੂਰੀ ਭਰੀ ਜਵਾਨੀ 'ਚ ਆ ਗਏ ਆ, ਉਹਨਾਂ ਨੂੰ ਇਹ ਕਿ ਖੁੱਲ੍ਹ ਮਿਲ ਗਈ ਇੱਥੇ ਕੈਨੇਡਾ ਆ ਕੇ ਕਿ ਆਪਾਂ ਆਹ ਵੀ ਕਰ ਸਕਦੇ ਹਾਂ, ਆਹ ਵੀ ਕਰ ਸਕਦੇ ਹਾਂ, ਆਹ ਵੀ ਕਰ ਸਕਦੇ, ਸਾਨੂੰ ਕਿਹੜਾ ਕੋਈ ਦੇਖਦਾ ਪਿਆ, ਰਾਈਟ। ਫਿਰ ਉਹ ਚੀਜ਼ਾਂ ਕਈ ਬੰਦੇ ਫਿਰ ਉਹਨਾਂ ਨੂੰ ਗਲਤ ਯਾਰ ਦੋਸਤ ਮਿਲ ਜਾਂਦੇ ਆ, ਫਿਰ ਉੱਧਰ ਚੱਲ ਜਾਂਦੇ ਆ। ਬਟ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦੇ ਮਾੜੇ ਆ, ਜੇ ਉਹਨਾਂ ਨੂੰ ਸਮਝਾਇਆ ਜਾਵੇ ਤਾਂ। ਜਾਂ ਫਿਰ ਆਪਾਂ ਇੱਕ ਇਹੀ ਮੈਂ ਰਿਕੁਐਸਟ ਕਰਾਂਗਾ ਸਾਰਿਆਂ ਨੂੰ ਜਿਹੜੇ ਇੰਡੀਆ ਤੋਂ ਵੀ ਆਉਂਦੇ ਨਾ, ਤੁਸੀਂ ਡਿਗਰੀ ਕਰਕੇ ਆਓ, ਤੁਸੀਂ ਕਾਲਜ ਲਾਈਫ ਜਿਉ ਕੇ ਆਓ, ਇੱਕ ਵਾਰੀ ਤੁਸੀਂ ਉੱਥੇ ਕੋਈ ਨਾ ਕੋਈ ਨਾ ਮਾੜਾ ਮੋਟਾ ਭਾਵੇਂ 5-6 ਮਹੀਨੇ ਕੰਮ ਕਰਕੇ ਆਓ। ਸਹੀ ਗੱਲ, ਅਸੀਂ ਇੱਥੇ ਆਉਣ ਤੋਂ ਪਹਿਲਾਂ ਇੱਕ ਜਿੰਮ ਦੇ ਵਿੱਚ, ਜਦ ਕਿ ਸਾਡਾ ਗੁੱਡ ਚੱਲਦਾ ਸਾਰਾ ਕੁਛ, ਅਸੀਂ ਇੱਕ ਜਿੰਮ ਦੇ ਵਿੱਚ 3 ਮਹੀਨੇ ਕੰਮ ਕਰਕੇ ਆਏ ਹਾਂ। ਅਸੀਂ ਉਹਨਾਂ ਨੂੰ ਵੀ ਨਹੀਂ ਦੱਸਿਆ ਸੀ ਕਿਉਂ ਕਰਨੇ ਕਿਉਂ ਨਹੀਂ, ਅਸੀਂ ਉੱਥੇ ਖਲੋਤੇ ਰਹਿੰਦੇ ਸੀ 12-12 ਘੰਟੇ ਕੰਮ ਕਰਦੇ ਜਿੰਮ ਦੇ ਵਿੱਚ ਆਪਾਂ ਐਜ਼ ਆ ਜਨਰਲ ਟ੍ਰੇਨਰ, ਜਸਟ ਬਿਕੋਜ਼ ਇਹ ਫੀਲ ਕਰਨ ਲਈ ਕਿ ਜੇ ਆਪਾਂ ਕੈਨੇਡਾ ਜਾਵਾਂਗੇ ਸਾਡੇ ਕੋਲ ਕੰਮ ਹੋਜੂ। ਪਹਿਲੇ ਉਹ 3 ਮਹੀਨੇ ਬਹੁਤ ਔਖੇ ਸੀ, ਪਰ ਜਦੋਂ ਕੈਨੇਡਾ ਆਏ ਉਦੋਂ ਇੱਦਾਂ ਕੰਮ ਕੀਤਾ ਅਸੀਂ, ਅਸੀਂ ਕਿਸੇ ਕੰਮ ਨੂੰ ਨਾ ਨਹੀਂ ਕੀਤੀ, 7 ਦਿਨ ਕੰਮ ਕੀਤਾ। ਅਸੀਂ ਅੱਜ ਤੱਕ ਜਦੋਂ ਤਾਂ ਕੈਨੇਡਾ ਤੋਂ ਆਏ ਹਾਂ, ਅਸੀਂ ਬੇਰਲ ਲਈ ਕੋਈ ਛੁੱਟੀ ਲਈ ਹੋਣੀ ਆ, ਅਸੀਂ ਕੰਮ ਕਰੀ ਜਾ ਰਹੇ ਹਾਂ। ਅੱਜ ਵੀ ਅਸੀਂ ਆਪਣੇ 2 ਜਿੰਮ ਔਨ ਕਰਦੇ ਹਾਂ ਪ੍ਰਾਊਡਲੀ, ਬਟ ਹਾਲੇ ਵੀ ਕੋਈ ਛੁੱਟੀ ਨਹੀਂ। ਆ ਸੰਡੇ ਦਾ ਦਿਨ ਆ, ਪਹਿਲਾਂ 3:30 ਵਜੇ ਰਾਤ ਤੱਕ ਅਸੀਂ ਤਿਆਰੀਆਂ ਕਰਦੇ ਰਹੇ, ਠੀਕ ਆ। ਸਵੇਰੇ 5:30 ਵਜੇ ਇਵੈਂਟ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਸ਼ਾਮ ਦੇ 6 ਵੱਜ ਗਏ, ਫਿਰ ਉਸ ਤੋਂ ਬਾਅਦ ਸਾਰਾ ਸੈਟਅਪ ਅਸੀਂ ਜਿੰਮ ਦਾ ਅਸੀਂ ਕਰਕੇ ਆਏ ਹਾਂ। ਰਾਤ ਦੇ 2:30-2 ਵਜੇ ਆਏ ਹਾਂ, ਇੱਥੇ ਤੁਹਾਡੇ ਕੋਲ ਬੈਠੇ ਪੋਡਕਾਸਟ ਕਰ ਰਹੇ ਹਾਂ। ਸੋ ਐਕਸਕਿਊਜ਼ ਬਣਾਉਣੇ ਹੋਣ ਤਾਂ ਸਾਡੇ ਕੋਲ ਬਹੁਤ ਆ। ਮੈਂ ਤੁਹਾਨੂੰ ਕਹਿ ਦਿੰਦਾ ਫੋਨ ਕਰਕੇ, ਭਾਅ ਜੀ ਮੈਂ ਨਹੀਂ ਆਉਣਾ, ਮੇਰੇ ਕੋਲ ਟਾਈਮ ਹੈ ਨਹੀਂ, ਮੈਂ ਤਾਂ ਲੇਟ ਉੱਠਿਆ, ਬਟ ਜਿੱਥੇ ਜਾਣਾ ਉੱਥੇ ਜਾਣਾ, ਠੀਕ ਆ ਜੀ। ਇੱਕ ਤੁਹਾਨੂੰ ਡਿਟਰਮੀਨੇਸ਼ਨ ਇੱਕ ਹੋਣੀ ਚਾਹੀਦੀ, ਚੜ੍ਹਦੀ ਕਲਾ ਅਸਲ 'ਚ ਇਹੀ ਆ, ਸਪਿਰਿਟ ਜਿਹੜੀ ਆ ਨਾ ਆਪਣੀ, ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਇਹੀ ਰਹਿਣਾ ਹੁੰਦਾ ਕਿ ਜੋ ਮਰਜ਼ੀ ਕੋਈ ਵੀ ਪ੍ਰੋਬਲਮ ਆ ਜਾਏ, ਯੂ ਹੈਵ ਟੂ ਫਾਈਂਡ ਦਾ ਸੋਲੂਸ਼ਨ, ਦੈਟਸ ਇਟ। ਰੋਣਾ ਨਹੀਂ ਹੈ ਬਹਿ ਕੇ, ਸਾਰਿਆਂ ਨੂੰ ਧੱਕਾ ਲੱਗਦਾ ਆ। ਜਿਵੇਂ ਤੁਸੀਂ ਮੰਨ ਲਓ ਤੁਹਾਨੂੰ ਕੋਈ ਲਾਈਫ 'ਚ ਧੱਕਾ ਲੱਗਾ, ਤੁਹਾਨੂੰ ਲੋਸ ਹੋ ਗਿਆ, ਤੁਸੀਂ ਬਿਜ਼ਨਸ ਓਪਨ ਕੀਤਾ, ਯੂ ਲੋਸਟ ਇਟ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਸ ਮੈਂ ਨਹੀਂ ਹੁਣ ਬਿਜ਼ਨਸ ਕਰਨਾ ਕਦੀ ਬਾਈ, ਤੁਸੀਂ ਬੈਕ ਹੋ ਜਾਓ, ਕੋਈ ਗੱਲ ਨਹੀਂ, ਟੇਕ ਯੋਰ ਟਾਈਮ। ਸਾਰਿਆਂ ਨੂੰ ਦੁੱਖ ਲੱਗਦਾ ਆ, ਅੰਦਰੋਂ ਸਭ ਰੋਂਦੇ ਆ,
ਬਟ ਇੱਕ ਵਾਰੀ ਸੋਚੋ ਕੀ ਹੋਇਆ, ਕੀ ਗਲਤੀਆਂ ਹੋਈਆਂ, ਕੀ ਮੈਂ ਸੁਧਾਰ ਸਕਦਾ ਹਾਂ ਉਹਨੂੰ, ਠੀਕ ਆ, ਜੋ ਹੋ ਗਿਆ ਇਟਸ ਓਕੇ, ਕੋਈ ਗੱਲ ਨਹੀਂ, ਮੈਂ ਜਰ ਲੂੰਗਾ, ਦੁਬਾਰਾ ਸਟਾਰਟ ਕਰੋ। ਅਸੀਂ ਬਹੁਤ ਗਲਤੀਆਂ ਕੀਤੀਆਂ ਆ, ਮੈਂ ਤੁਹਾਨੂੰ ਨੰਬਰਸ ਤਾਂ ਨਹੀਂ ਦੱਸ ਰਹੇ, ਬਟ ਅਸੀਂ ਬਹੁਤ ਪੈਸਾ ਵੇਸਟ ਕੀਤਾ ਆ, ਬਹੁਤ ਟਾਈਮ ਵੇਸਟ ਕੀਤਾ ਆ, ਅਸੀਂ ਬਹੁਤ ਲੋਕਾਂ ਦੇ ਫਾਲਤੂ ਟਰੱਸਟ ਕੀਤੇ ਆ। ਸੋ ਉਹ ਚੀਜ਼ਾਂ ਜਿਹੜੀਆਂ ਹੋਈਆਂ ਸਾਡੇ ਬਹੁਤ ਨੁਕਸਾਨ ਹੋਏ ਆ। ਸਾਨੂੰ ਜ਼ਿੰਦਗੀ 'ਚ ਲੋਕ ਉਹ ਘੱਟ ਮਿਲੇ ਜਿਨ੍ਹਾਂ ਨੇ ਸਾਥ ਦਿੱਤਾ, ਉਹ ਵੱਧ ਮਿਲੇ ਜਿਨ੍ਹਾਂ ਨੇ ਸਾਨੂੰ ਥੱਲੇ ਲਾਇਆ, ਹਰ ਚੀਜ਼ ਵਿੱਚ, ਹਰ ਫੀਲਡ ਵਿੱਚ, ਠੀਕ ਹੈ ਜੀ। ਸਾਨੂੰ ਹੇਟ ਬਹੁਤ ਮਿਲੀ, ਬਟ ਫਿਰ ਉਹ ਚੀਜ਼ ਦਾ ਫਾਇਦਾ ਹੀ ਨਹੀਂ, ਉਹ ਤੁਹਾਡਾ ਸਵਾਦ ਹੀ ਨਹੀਂ ਆਉਣਾ ਜਦੋਂ ਤੱਕ ਤੁਹਾਨੂੰ ਹੇਟ ਨਾ ਮਿਲੀ ਹੋਵੇ ਨਾ, ਜਦੋਂ ਤੱਕ ਤੁਹਾਨੂੰ ਕੋਈ ਪਿੱਛੇ ਨਾ ਖੇਡਦਾ ਹੋਵੇ। ਫਿਰ ਜਦੋਂ ਬੰਦਾ ਜਿੱਤਦਾ ਆ, ਫਿਰ ਬੰਦਾ ਕਹਿੰਦਾ ਆਹ ਚੱਕ, ਫਿਰ ਸਵਾਦ ਜਾ ਜਾਂਦਾ, ਗਾਣੇ ਸੁਣਦਾ ਵੀ ਮਜ਼ਾ ਆਉਂਦਾ, ਜੱਟ ਲਲਕਾਰੇ ਮਾਰਦਾ, ਸਹੀ ਗੱਲ ਆ, ਠੀਕ ਹੈ ਜੀ। ਸੋ ਉਹ ਚੀਜ਼ਾਂ ਜਿਹੜੀਆਂ ਫਿਰ ਅਸਲ 'ਚ ਜੇ ਤੁਸੀਂ ਜ਼ਿੰਦਗੀ ਦਾ ਨਾਂ ਹੀ ਸਟਰਗਲ ਆ, ਠੀਕ ਹੈ ਜੀ, ਬਟ ਤੁਸੀਂ ਇਹ ਸਟਰਗਲ ਨੂੰ ਇੰਜੋਏ ਕਰਦੇ ਰਹੋ। ਕਿਤੇ ਵੀ ਜ਼ਿੰਦਗੀ ਕਿਸੇ ਦੀ ਖਤਮ ਨਹੀਂ ਹੁੰਦੀ, ਤੁਸੀਂ ਲੂਜ਼ ਕਰ ਲਓਗੇ, ਬਟ ਤੁਸੀਂ ਇਹ ਨਹੀਂ ਰਿਗਰੈਟ ਕਰੋਗੇ ਕਿ ਯਾਰ ਮੈਂ ਇਸ ਚੀਜ਼ ਸ਼ੁਰੂ ਹੀ ਨਹੀਂ ਕੀਤੀ, ਯਾਰ ਉਹ ਕਰਦਾ ਰਹਿ ਗਿਆ, ਉਹ ਕਿੱਥੇ ਪਹੁੰਚ ਗਿਆ, ਮੈਂ ਤਾਂ ਕੁਛ ਕੀਤਾ ਹੀ ਨਹੀਂ, ਰਾਈਟ। ਕੋਈ ਗੱਲ ਨਹੀਂ, ਸਾਰਿਆਂ ਤੋਂ ਚੀਜ਼ਾਂ ਹੁੰਦੀਆਂ ਆ। ਸੋ ਇਹੀ ਚੀਜ਼ ਆਪਾਂ 2016 'ਚ ਜਦੋਂ ਆਏ ਸੀ ਨਾ, ਇੱਕ ਚੀਜ਼ ਇੰਨੇ 'ਤੇ ਮੈਂ ਇਹਨੂੰ ਕਹਿਤੀ ਸੀ ਪਹਿਲਾਂ, ਚਲੋ ਇਹਦਾ ਜਿੰਮ ਦਾ ਨਹੀਂ ਸੀ ਇਹਦਾ, ਬਟ ਮੈਂ ਇਹਨੂੰ ਕਹਿਤੀ ਸੀ ਕਿ ਆਪਾਂ ਦੋਵਾਂ ਦਾ ਇੱਕ ਚੀਜ਼ ਸੇਮ ਹੀ, ਕਿ ਕਰਨਾ ਆ ਕੁਛ, ਕਹਿਣਾ ਆ ਨਾ, ਉਹ ਕਰਕੇ ਜਾਵਾਂਗੇ, ਠੀਕ ਹੈ ਜੀ, ਭਾਵੇਂ ਕੁਝ ਪੁੱਠਾ ਸਿੱਧਾ ਕਰਕੇ ਜਾਈਏ, ਪਰ ਕਰਕੇ ਜਾਵਾਂਗੇ। ਪਰ ਇਹ ਵੀ ਬਹੁਤ ਵੱਡੀ ਸੋਚ ਆ, ਤੁਸੀਂ ਸੋਚਦੇ ਵੀ ਕੁਛ ਕਰਨਾ ਆ, ਕਈਆਂ 'ਚ ਉਹ ਕਰ ਸੋਚ ਵੀ ਨਹੀਂ ਹੈਗੀ ਆਪਾਂ ਕੁਛ ਕਰਨਾ ਆ, ਬਸ ਲਾਈਫ ਦੇ ਥਰੂ ਬਸ ਆਈ ਤੁਰੀ ਜਾਂਦੇ ਆ, ਉਹ ਸੋਚ ਆਉਂਦੀ ਹੀ ਨਹੀਂ। ਪਿਛਲੇ ਅਸੀਂ ਗਏ ਸੀ ਇੱਕ ਥਾਂ 'ਤੇ, ਉੱਥੇ ਵੀ ਇਹੋ ਹੀ ਗੱਲ ਹੋਈ ਸੀ, ਪੰਜਾਬੀਆਂ ਨੂੰ ਚੜ੍ਹਾਉਂਦੀ ਵੀ ਇੱਕੋ ਗੱਲ ਆ, ਮਾਰਦੀ ਵੀ ਇੱਕੋ ਗੱਲ ਆ, ਕੋਈ ਨਹੀਂ ਦੇਖ ਲਵਾਂਗੇ, ਮੁੜ ਕੇ ਜੋ ਹੁੰਦਾ ਫਿਰ ਉਹ ਦੇਖਿਆ ਨਹੀਂ ਜਾਂਦਾ। ਸਹੀ ਗੱਲ ਹੈ, ਉਹੀ ਨਾ ਕਿ ਜਿਵੇਂ ਹੁਣ ਇਹਨੇ ਗੱਲ ਕੀਤੀ ਕਿ ਥੋੜ੍ਹਾ ਕੰਮ ਕਰਕੇ ਆਓ, ਕੁਝ ਸੋਚ ਕੇ ਆਓ, ਰਾਈਟ। ਜਦੋਂ ਇੱਕ ਤੁਹਾਡੇ ਕੋਲ ਪੋਟੈਂਸ਼ੀਅਲ ਹੋਣ ਦੇ ਬਾਵਜੂਦ ਜਦੋਂ ਤੁਸੀਂ ਉਹਨੂੰ ਸੋਚਦੇ ਨਹੀਂ ਨਾ ਮੈਂ ਉਹਦੇ ਨਾਲ ਕਰਨਾ ਕੀ ਆ, ਫਿਰ ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਮਿਲ ਜਾਂਦੇ ਜਿਹਨੂੰ ਪਤਾ ਕਿ ਯਾਰ ਇਹਦੇ ਕੋਲ ਪੋਟੈਂਸ਼ੀਅਲ ਹੈਗਾ, ਇਹਦੇ ਤੋਂ ਆਹ ਕੰਮ ਕਢਵਾਈਏ, ਉਦੋਂ ਫਿਰ ਉਹ ਤੁਹਾਡੇ ਤੋਂ ਸਾਰੇ ਪੁੱਠੇ ਸਿੱਧੇ ਕੰਮ ਕਰਵਾਉਂਦਾ ਆ, ਆਪ ਪਿੱਛੇ ਲੈ ਕੇ ਨਜ਼ਾਰੇ ਲੈਂਦਾ, ਸਾਰੀਆਂ ਥਾਵਾਂ 'ਤੇ ਤੁਹਾਡੀ ਭੰਡੀ ਹੋਣੀ ਆ, ਉਹਨੇ ਪੈਸੇ ਪੂਹੇ ਵੱਟ ਕੇ ਤੁਹਾਡੇ ਤੋਂ ਗਾਂਹ ਜਾਣਾ, ਮੁੜ ਕੇ ਫਿਰ ਆਪਾਂ ਸਟੋਰੀਆਂ ਸੁਣਦੇ ਹਾਂ ਕਿ ਬਈ ਮੈਂ ਆਇਆ ਸੀ, ਮੇਰੇ ਨਾਲ ਇੱਦਾਂ ਧੱਕਾ ਹੋਇਆ, ਮੇਰਾ ਇੱਦਾਂ ਧੱਕਾ ਹੋਇਆ, ਠੀਕ ਆ। ਜੋ ਕਿਸਮਤ 'ਚ ਲਿਖੀ ਆ ਉਹ ਕੋਈ ਚੇਂਜ ਨਹੀਂ ਕਰ ਸਕਦਾ, ਰਾਈਟ, ਬਟ ਵਟ ਯੂ ਕੈਨ ਡੂ ਇਜ਼ ਪਲੈਨ, ਪਲੈਨ, ਠੀਕ ਆ। ਹੁਣ ਮੈਨੂੰ ਨਾ ਪਤਾ ਨਹੀਂ ਵੀਡੀਓ ਹੀ ਦੇਖਦਾ ਸੀ ਮੈਂ ਕਿਹਾ ਕੁਝ, ਕਹਿੰਦਾ ਕਹਿੰਦਾ ਲੋਕ ਕਹਿ ਦਿੰਦੇ ਆ ਕਿ ਉੱਥੋਂ ਪਲੈਨ ਨਹੀਂ ਕਰਕੇ ਆਉਂਦੇ, ਕਹਿੰਦਾ ਮੈਨੂੰ, ਮੈਂ ਇੱਕ ਬੰਦੇ ਨੂੰ ਜਾਣਦਾ ਜਿਹੜਾ ਉੱਥੋਂ ਏਅਰਪੋਰਟ 'ਤੇ ਆ ਗਿਆ, ਏਅਰਪੋਰਟ 'ਤੇ ਉਹਨੇ ਜਿਵੇਂ ਇੰਸਟਾਗ੍ਰਾਮ ਤੋਂ ਆਪਣਾ ਰੀਜਨ ਚੇਂਜ ਕੀਤਾ, ਅਤੇ ਉੱਥੇ ਇੰਸਟਾਗ੍ਰਾਮਾਂ 'ਤੇ ਮੈਸੇਜ ਕਰਨੇ ਆ ਲੋਕਾਂ ਨੂੰ ਕਿ ਬਈ ਮੈਂ ਇੱਥੇ ਆਇਆ, ਮੈਨੂੰ ਪਤਾ ਨਹੀਂ ਕੀ ਕਰਨਾ, ਮੈਨੂੰ ਕੋਈ ਪਿੱਕ ਕਰ ਲਓ। ਉਹ ਇੰਨਾ ਨਹੀਂ ਕਹਿੰਦਾ, ਤੁਸੀਂ ਜ਼ਿੰਦਗੀ ਪਲੈਨ ਕਰਨ ਦੀ ਗੱਲ ਕਰਦੇ, ਉਹਨੇ ਇਹ ਨਹੀਂ ਪਲੈਨ ਕੀਤਾ, ਮੈਂ ਰਾਤੀ ਸੌਣਾ ਕਿੱਥੇ ਆ। ਸੋ ਇਹ ਚੀਜ਼ਾਂ ਹੋ ਜਾਂਦੀਆਂ ਨੇ, ਇੱਕ ਹੁੰਦਾ ਕਿ ਪਲੈਨ ਕਰਕੇ ਆਓ, ਦੂਜੀ ਚੀਜ਼ ਇਹ ਵੀ ਆ ਜਾਂਦੀ ਆ, ਹੁਣ ਜਿਵੇਂ ਮੰਨ ਲਓ ਕਿ ਤੁਸੀਂ ਇੱਥੇ ਆ ਗਏ, ਅਸੀਂ ਇੱਥੇ ਆ ਗਏ, ਲੋਕ ਸਾਨੂੰ ਪੁੱਛ ਲੈਂਦੇ ਨੇ ਕਿ ਬਈ ਆਉਣਾ ਕਿੱਦਾਂ ਆ, ਠੀਕ ਆ, ਕਿੱਦਾਂ ਆਈਏ, ਕਿੱਦਾਂ ਅਸੀਂ ਆ ਸਕਦੇ ਹਾਂ। ਫਿਰ ਜਦੋਂ ਅਸੀਂ ਉਹਨਾਂ ਨੂੰ ਗਰਾਊਂਡ ਰਿਐਲਿਟੀ ਦੱਸੀ ਦੀ ਆ ਕਿ ਬਈ ਇੱਥੇ ਹਰੇਕ ਚੀਜ਼ ਵਧੀਆ ਨਹੀਂ ਹੈਗੀ, ਹਰੇਕ ਚੀਜ਼ ਦੇ ਪ੍ਰੋ ਕੌਨਸ ਨੇ, ਠੀਕ ਹੈ, ਇੱਥੋਂ ਦੇ ਕੌਨਸ ਵੀ ਹੈਗੇ ਨੇ, ਠੀਕ ਹੈ, ਜੇ ਤੁਸੀਂ ਉਹਨਾਂ ਨੂੰ ਬੇਅਰ ਨਹੀਂ ਕਰ ਸਕਦੇ, ਦੈਨ ਦਿਸ ਇਜ਼ ਨੋਟ ਫੋਰ ਯੂ।